वह अपने परमिंदर के जेडे माता जी ने साडे भी माता ने उन्हां दे नाल ते उन्हां दे बापू जी नाल गल करांगे। बेबे डर नहीं लगता तुहानू कि पुत जेडे राह ते पिया सी चलो उस समय सी डर कि नशा ना मेरे पुत नूं खा जाए पर अज सरकारां ना खा जाण एवें कोई डर नहीं लगता नहीं कोई डर खालसा वाहिगुरु वाहिगुरु जी का ਸਾਨੂੰ ਕੋਈ ਡਰ ਨਹੀਂ ਲੱਗਦਾ ਇਸੇ ਕਰਕੇ ਛੋਟਾ ਜਿਹਾ ਬੱਚਾ ਲੱਗੇ ਪਰ ਰੋਜ਼ ਆਉਂਦੇ ਆ ਇਹਦਾ ਸੋਚਣ ਵੀ ਉਹਨੂੰ ਪੰਦਰਾਂ ਕਰਨਾ ਸੀ ਜੇ ਦਿਨ ਦੀ ਸਿੱਖਤਾ ਵੀ ਇਹ ਪਿੱਛੇ ਕੋਈ ਹੋ ਕਰਨਾ ਅਸੀਂ ਪੂਰਾ ਕੀ ਕਹਿੰਦੇ ਪ੍ਰਚਾਰ ਕਰ ਰਹੇ ਹਾਂ ਵੀ ਨਸ਼ੇ ਵਿਰੋਧੀ ਪੂਰਾ ਕਰ ਰਹੇ ਹਾਂ ਜੀ ਤੇ ਜਿਹੜਾ ਜਿਹੜਾ ਪਰਮਿੰਦਰ ਨੂੰ ਝੂਠੇ ਕੇਸਾਂ 'ਚ ਫਸਾਇਆ ਗਿਆ ਖਾਸ ਤੌਰ 'ਤੇ ਇੱਕ ਔਰਤ ਨੇ ਜਿਹੜਾ ਉਹਨਾਂ 'ਤੇ ਇਲਜ਼ਾਮ ਲਗਾਇਆ ਸੀਗਾ ਫਿਰ ਉਹ ਵਾਪਸ ਲੈ ਲਿਆ ਇਸ ਸੰਬੰਧੀ ਤੁਹਾਡਾ ਜਿਹੜਾ ਆਈ ਜੀ ਹੈ ਪੁਲਿਸ ਦਾ ਡੀ ਆਈ ਜੀ ਉਹ ਵੀ ਇਹ ਕਹਿੰਦਾ ਕਿ ਜਿਹੜਾ ਕੰਮ ਪੁਲਿਸ ਨੇ ਕਰਨਾ ਜੇਕਰ ਝੋਟੇ ਵਰਗੇ ਕਰਨ ਲੱਗੇ ਤਾਂ ਅਸੀਂ ਕੀ ਕਰਾਂਗੇ ਉਹ ਰੋਜ਼ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਪੁਲਿਸ ਵਾਲਿਆਂ ਨੂੰ ਨਾਨਕ ਸਿੰਘ ਨੂੰ ਵੀ ਜੇ ਆਏ ਫਲਾਣੇ ਥਾਣਾ ਸ਼ਾਹੀ ਕਰਦਾ ਨਹੀਂ ਉਹ ਸੁਣਦੇ ਨਹੀਂ ਸੀ ਗੱਲ ਨਹੀਂ ਸੁਣਦਾ ਸੀਗਾ ਫਿਰ ਉਹਨੇ ਖਰਾਬ ਵੀ ਕਰਨਾ ਸੀ ਹੋਰ ਕੀ ਕਰੇ ਨਾਨਕ ਸਿੰਘ ਨੂੰ ਰੋਜ਼ ਕਹਿੰਦਾ ਹੁੰਦਾ ਸੀਗਾ ਵੀ ਇਹ ਰੋਜ਼ ਵੀ ਫਲਾਣੇ ਥਾਣਾ ਸ਼ਾਹੀ ਕਰਦਾ ਫਲਾਣੇ ਥਾਣਾ ਕਰਦਾ ਉਹ ਸੁਣਦੇ ਨਹੀਂ ਸੀ ਗੱਲ ਫਿਰ ਉਹਨੂੰ ਆਪ ਹੀ ਕਰਨਾ ਪੈਣਾ ਸੀ ਹੋਰ ਕੀ ਕਰੇ ਜੀ ਯਾਨੀ ਚੜ੍ਹਦੀ ਕਲਾ 'ਚ ਸਾਰਾ ਬਣਿਆ ਹਾਂਜੀ ਹਾਂਜੀ ਚੜ੍ਹਦੀ ਕਲਾ 'ਚ ਕੋਈ ਫਿਕਰ ਨਹੀਂ ਸਰ ਠੀਕ ਹੈ ਤੇ ਬਾਪੂ ਜੀ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਬਾਪੂ ਜਵਾਨੀ 'ਚ ਜਿਹੜੇ ਨੌਜਵਾਨ ਅੱਜ ਨਸ਼ੇ 'ਚ ਲੱਗੇ ਆ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਉਹਦੇ ਖਿਲਾਫ ਤੁਹਾਡਾ ਪੁੱਤ ਜੂਝਿਆ ਜਿਸ 'ਤੇ ਸਾਰਾ ਪੰਜਾਬ ਅੱਜ ਮਾਣ ਕਰਦਾ ਤੁਹਾਨੂੰ ਆਪਣੇ ਪੁੱਤ ਦੀ ਇਸ ਕਾਰਵਾਈ 'ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਤੂੰ ਸਵਾਲ ਕੀਤਾ ਹੈ ਵੀ ਉਹ ਨਸ਼ਿਆਂ ਲਈ ਜੂਝ ਰਿਹਾ ਤੁਹਾਡਾ ਪੁੱਤਰ ਹੈ ਮੈਨੂੰ ਇਹ ਕਿਹਾ ਹੁਣ ਇਹ 15 ਤਰੀਕ ਤੋਂ ਹੀ ਨਹੀਂ ਇਹ 15 ਤੋਂ ਜੇਲ੍ਹ 'ਚ ਹੈ ਉਹ ਜਦੋਂ ਤੋਂ ਉਹਨੇ ਕੰਮ ਚੱਕ ਲਿਆ ਉਦੋਂ ਤੋਂ ਹੁਣ ਉਹ ਅਸੀਂ ਨਾਮੀ ਉਹਦੇ ਪਿਤਾ ਹੁਣ ਉਹ ਸਾਰੇ ਪੰਜਾਬ ਦਾ ਪੁੱਤਰ ਹੈ ਉਹ ਸਾਰੇ ਪੰਜਾਬ ਦੀ ਅਣਖ ਗੈਰਤ ਲਈ ਹੋਂਦ ਲਈ ਸਾਰੇ ਪੰਜਾਬ ਦੇ ਬੱਚੇ ਬੱਚੀਆਂ ਨੂੰ ਬਚਾਉਣ ਦੇ ਲਈ ਉਹਨੇ ਇਹ ਗੱਲ ਕਹੀਆ ਕਰਕੇ ਆਪਦੇ ਮਾਂ ਪਿਓ ਨੂੰ ਅਤੇ ਆਪਦੀ ਧਰਮ ਪਤਨੀ ਨੂੰ ਕਹਿ ਦਿੱਤਾ ਸੀ ਪਹਿਲੀ ਪਤਾ ਸੀ ਉਸਨੂੰ ਇਹ ਨਹੀਂ ਪਤਾ ਕਿਵੇਂ ਪਤਾ ਲੱਗਿਆ ਵੀ ਮੈਂ ਇੱਥੋਂ ਪਿੱਛੇ ਨਹੀਂ ਹਟਣਾ ਮੈਨੂੰ ਸਰਕਾਰਾਂ ਜੇਲ੍ਹਾਂ 'ਚ ਵੀ ਸੁੱਟਣਗੀਆਂ ਮੈਨੂੰ ਪੁਲੀਸਣਗੀਆਂ ਵੀ ਮੈਨੂੰ ਗੁੰਡਿਆਂ ਤੋਂ ਜਾਂ ਸਰਕਾਰਾਂ ਮਾਰ ਵੀ ਸਕਦੀਆਂ ਨੇ ਜੇ ਮੈਂ ਮਰ ਵੀ ਜਾਊਂਗਾ ਤੁਸੀਂ ਪਰਵਾਹ ਨਾ ਕਰਿਓ ਪਿੱਛੇ ਨਾ ਹਟਿਓ ਅਸੀਂ ਉਹਦੀਆਂ ਸਾਰੀਆਂ ਗੱਲਾਂ ਜਦੋਂ ਸੁਣਦੇ ਰਹੇ ਜਦੋਂ ਉਹ ਸਾਰਾ ਕੁਛ ਇਸ ਜ਼ਾਲਮ ਸਰਕਾਰ ਦੇ ਜ਼ਾਲਮ ਗੁੰਡਾ ਪੁਲਿਸ ਵਾਲਿਆਂ ਨੇ ਸਾਡੇ ਨਾਲ ਉਹੀ ਗੱਲਾਂ ਕੀਤੀਆਂ ਸਨ ਵੀ ਸਮਝ ਆ ਗਈ ਬਿਲਕੁਲ ਵੀ ਉਹ ਇਹ ਮਸਲਾ ਹੁਣ ਸਾਡਾ ਨਹੀਂ ਰਿਹਾ ਜੋ ਵੀ ਅੰਦੋਲਨ ਸ਼ੁਰੂ ਹੁੰਦਾ ਹੈ ਪੰਜਾਬ ਦੇ ਵਿੱਚ ਉਹ ਮਾਨਸਾ ਦੀ ਧਰਤੀ ਤੋਂ ਹੁੰਦਾ ਹੈ ਅਤੇ ਉਹ ਪੰਜਾਬ ਲੈਵਲ ਹੀ ਨਹੀਂ ਭਾਰਤ ਲੈਵਲ ਤੱਕ ਦਿੱਲੀ ਤੱਕ ਚਲਾ ਜਾਂਦਾ ਜੇ ਇਹ ਸੰਘਰਸ਼ ਵੀ ਹੈ ਇਹ ਜੁਝਾਰੂ ਕਿਰਤੀ ਕੰਮ ਹੈ ਲੋਕਾਂ ਦੀ ਵਜ੍ਹਾ ਨਾਲ ਸੰਘਰਸ਼ੀ ਲੋਕਾਂ ਦੀ ਵਜ੍ਹਾ ਨਾਲ ਇਹ ਸ਼ੁਰੂ ਹੋ ਗਿਆ ਮਾਧਮ ਬਣ ਗਿਆ ਉਹਦਾ ਰਵਿੰਦਰ ਸਿੰਘ ਜਦੋਂ ਇਹ ਸ਼ੁਰੂ ਹੋ ਕੇ ਅੱਜ ਪੰਜਾਬ ਦੇ ਵਿੱਚ ਇਹ ਜ਼ਿਲ੍ਹੇ ਜ਼ਿਲ੍ਹੇ 'ਚ ਸਾਰੇ ਪੰਜਾਬ ਦੇ ਵਿੱਚ ਇਹ ਪੂਰੇ ਜ਼ੋਰਾਂ 'ਤੇ ਕੀ ਦੇ ਚੁੱਕੀ ਹੈ ਵਿਦੇਸ਼ਾਂ 'ਚ ਵੀ ਹਰੇਕ ਮੁਲਕ ਤੋਂ ਫੋਨ ਆ ਰਹੇ ਨੇ ਸਭ ਮਸ਼ਹੂਰ ਹੈ ਸਾਰੇ ਦੇਸ਼ਾਂ 'ਚ ਜਿੱਥੇ ਪੰਜਾਬੀ ਵੱਜਦਾ ਉੱਥੇ ਗੂੰਜ ਪੈਗੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਉਹਦੇ ਨਾਲ ਹਾਂ ਸਾਰਾ ਪੰਜਾਬ ਉਹਦੇ ਨਾਲ ਹੈ ਇਹ ਸਿਰਫ ਭਗਵੰਤ ਮਾਨ ਦੇ ਗਲੇ ਦੀ ਹੱਡੀ ਬਣ ਗਿਆ ਇਹ ਅੰਦੋਲਨ ਭਗਵੰਤ ਮਾਨ ਨੂੰ ਹੁਣ ਸੋਚ ਲੈਣਾ ਚਾਹੀਦਾ ਹੈ ਇਹ ਹੱਡੀ ਤੇਰੇ ਗਲੇ ਦੇ ਵਿੱਚ ਕਿਤੇ ਪਾਕ ਨਾ ਪਾ ਦੇਵੇ ਇਹਨੂੰ ਸਮੇਂ ਨਾਲ ਸੰਭਾਲਣਾ ਹੈ ਅਤੇ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਦੇ ਹੜ੍ਹ ਤੋਂ ਰੰਗਲੇ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਰੋਣ ਲਈ ਭਗਵੰਤ ਮਾਨ ਸੋਹਣੀ ਬਚਾਉਂਦਾ ਹੈ ਨਹੀਂ ਤਾਂ ਫਿਰ ਤੇਰੇ ਬਨਵੇਂ ਦੇ ਬਨਵੇਂ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਇਹ ਸੀਗੇ ਪਰਮਿੰਦਰ ਝੋਟੇ ਦੇ ਪਿਤਾ ਜੀ ਅਤੇ ਮਾਤਾ ਜੀ ਅਤੇ ਨਾਲ ਮਾਤਾ ਜਸਵੀਰ ਕੌਰ ਨੱਤ ਸਾਡੇ ਨਾਲ ਸੀ ਜਿਹੜੇ ਇਸ ਲਹਿਰ ਨੂੰ ਚਲਾਉਣ 'ਚ ਨਸ਼ਾ ਵਿਰੋਧੀ ਲਹਿਰ ਨੂੰ ਚਲਾਉਣ 'ਚ ਬਹੁਤ ਵੱਡੀ ਭੂਮਿਕਾ ਜਿਹੜੀ ਅਦਾ ਕਰ ਰਹੇ ਹਾਂ ਅਸੀਂ ਵੀ ਆਪਣੇ ਵੱਲੋਂ ਤਿਲ ਫੁੱਲ ਜਿਹੜੀ ਆਪਣੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ ਅਤੇ 14 ਤਰੀਕ ਦਾ ਜਿਹੜਾ ਸੁਨੇਹਾ ਮਤਲਬ ਤੁਸੀਂ ਜ਼ਰੂਰ ਜਿਹੜਾ ਕੱਟ ਦਾ ਸੁਨੇਹਾ ਉਹ ਜ਼ਰੂਰ ਜਾਂਦੇ ਦੇ ਕੇ ਜਾਓ ਬਿਲਕੁਲ ਜੀ ਕਿਉਂਕਿ ਪਰਮਿੰਦਰ ਨੂੰ ਮਤਲਬ ਬੰਦ ਕੀਤਾ ਹੋਇਆ ਜੇਲ੍ਹ ਦੇ ਵਿੱਚ ਨਜਾਇਜ਼ ਆ ਬਿਲਕੁਲ ਅਤੇ ਨਾ ਹੀ ਸਰਕਾਰ ਨੂੰ ਜਿਵੇਂ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਗੱਲਾਂ ਸਰਕਾਰ ਨੂੰ ਸੁਮੰਗਾਂ ਰੱਖੀਆਂ ਨੇ ਇੱਥੋਂ ਦਾ ਡਰੱਗ ਇੰਸਪੈਕਟਰ ਜਿਹੜਾ ਲਗਾਤਾਰ ਕੈਮਿਸਟਾਂ ਤੋਂ ਪੈਸੇ ਲੈ ਕੇ ਨਸ਼ੇ ਵਿਖਾਉਂਦਾ ਰਿਹਾ ਇੱਥੋਂ ਦਾ DSP ਹੈ ਸੰਜੀਵ ਗੋਇਲ
उन्हें बहुत वड्डी जायदाद बनाई है पैसे इकट्ठे कर करके। असी लगातार मंग करते हैं कि उन्होंने जायदाद की इनकुआरी की जाए कि उन्हें अपने सोर्स तो वह प्रॉपर्टी कि नहीं बनाई। तो बाकी ये है भी जी पुलिस को कार्रवाई करनी चाहिए थी, जेडे हूँ असी मैडिकल स्टोर दसिया जो तक उन्होंने कार्रवाई नहीं की, तो सरकार उन्होंने कार्रवाई नहीं कर रही। जिमें असी 21 सत्त में पट रखा से हूँ असी 14 अगस्त का रखे, इस करके सारे अपील है कि 14 तरीक में वही गिनती के आओ ताकि मतलब ये मामले में बहुत बहुत धन्यवाद जी। ये जसवीर कौर नग मैम जेडे इस मुहिम चला रहे हैं, नशा विरोधी मुहिम चला रहे हैं, नशे नहीं रुजगार दो दे नारे हेठ ये लड़ाई जी है वो लगातार जी लड़ रही है। पिंड पिंड इस मुहिम में लैके जाने दी तैयारियां ने सारे पंजाब नूं अभी असी भी अपने चैनल के माध्यम के राही बेनती करते हैं कि 14 तरीक न 14 अगस्त को मानसा जिहड़ा भारी इकट्ठ किया जा रहा है उस वध तो वध लोग पहुंचने की कृपालता कर।